आप जी देखो पानी विचों निकलना सारा पानी है विचों निकलता वे चलो जी और पानी एच भी पानी सड़ टैंकी माड़े दिखाई टैंकी भी पानी सर कढ़ाई माड़े जन सारा पानी है यार पानी में मसला हो गया मसला जी मैं पिंडों सूटरी तेल पाउण आया एक लित्तर वाले अड्डे ते अद्धी कोई ते पंप आ इत्थे मैं पौने के ग्यारह बजे इत्थे पहुँच गया 380 रुपए का तेल पिया इत्थों तेल पवा के पैसे गूगल पे करके ते मैं इत्थों चले गया आ इत्थों जांदा राह च फाटकां ते स्कूटरी रुक गई आ बिल्कुल रुक गई आ उत्थों मैं फोन कीता इन्हां नूं लत्त ला के स्कूटरी लै गया लत्त ला के स्कूटरी असी एजेंसी दे विच TVS वाले चोपड़े तो नवीं कढ़ाई आ किन्ना चिर होया स्कूटरी कढ़ाई स्कूटरी निकली आ 21 जी नवीं पर जदों इन्हां नाल असीं गल कीती इन्हां ने कहा कि पहला भी जिहड़ा पेट्रोल हैगा सीगा स्कूटरी दे विच हाँ जी वह पहला हैगा सी जां नहीं हैगा सी हैगा सी लीटर डेढ़ लीटर हैगा सी कोई झूठ नहीं बोलना इच्च नहीं बोलना ठीक है जदों पिंडों स्कूटरी आ गई जे पानी हुंदा ते पिंड पंडोरी जी रहि इत्थों 3-3.5 किलोमीटर आ तो इत्थे बंद हो सकती सी जदों मैं इत्थों पेट्रोल पंप तो पवा के तेल चल गया तो इत्थों फाटक किन्ना आ फाटक भी 2-2.5 किलोमीटर 3 किलोमीटर आ उत्थे जाके कदों बंद होई फिर ਹੁਣ ਤੁਸੀਂ ਕੀ ਮੰਗ ਕਰਦੇ ਮੰਗ ਕਰਦੇ ਆ ਮੇਰੀ ਸਕੂਟਰੀ ਬੰਦ ਹੋ ਗਈ ਆ ਖਤਮ ਹੋ ਗਈ ਆ ਉਹ ਪਾਣੀ ਦੇ ਨਾਲ ਇੰਜਨ ਖਰਾਬ ਹੋ ਗਿਆ ਸਾਰਾ ਪੰਪ ਵੀ ਉਹ ਤੇਲ ਵਾਲਾ ਪੰਪ ਵੀ ਖਰਾਬ ਹੋ ਗਿਆ ਏਜੰਸੀ ਦੇ ਵਿੱਚ ਹੀ ਖੜੀ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਇਹ ਕੰਮ ਕਰਦੇ ਚੋਰਦਿਆਰੀ ਕਰਦੇ ਇਹਨਾਂ ਨੂੰ ਬੰਦ ਕੀਤਾ ਜਾਵੇ ਆ ਕੱਢਿਆ ਤੇਲ ਆ ਜੀ ਸਾਰਾ ਇਹ ਬੰਦ ਕੀਤਾ ਜਾਵੇ ਆ ਤੇਲ ਨਿਕਲਿਆ ਜੀ ਟੈਂਕੀ ਦੇ ਵਿੱਚ ਫੁੱਟੇ ਮਾਰ-ਮਾਰ ਸਾਨੂੰ ਦਿਖਾਉਂਦੇ ਆ ਸਾਨੂੰ ਜਿਹੜਾ ਅਸੀਂ ਟੈਂਕੀ ਦੇ ਵਿੱਚ ਵੜ ਕੇ ਥੋੜੋ ਦੇਖਿਆ ਇਹਨਾਂ ਦੀ ਟੈਂਕੀ 'ਚ ਕੀ ਆ ਟੈਂਕੀਆਂ ਦੇ ਬਹੁਤ ਥੱਲੇ ਆ ਆਪ ਹੀ ਮਾਰਦੇ ਆ ਫੁੱਟੇ ਸਾਨੂੰ ਕਹੀ ਜਾਂਦੇ ਥੱਲੇ ਪਾਣੀ ਨਹੀਂ ਉੱਪਰ ਤੇਲ ਆ ਇਹਦੀ ਕੰਪਲੇਂਟ ਕੀਤੀ ਕੋਈ ਕੰਪਲੇਂਟ ਕਰਿਆ ਥਾਣੇ ਦੀ ਦੇ ਆਏ ਕੰਪਲੇਂਟ ਠੀਕ ਥਾਣੇ ਦੇਤੀ ਆ ਪਰ ਆਪਾਂ ਇਹ ਇਨਸਾਫ ਲੈਣਾ ਆ ਨਿਆਂ ਹੀ ਲੈਣਾ ਨਹੀਂ ਦੇਣਗੇ ਤੇ ਸਵੇਰੇ ਅਸੀਂ ਧਰਨਾ ਲਾਉਣਾ ਪੰਪ ਦੇ ਇੱਥੇ ਕੋਈ ਪੰਪ ਤੇ ਤੇਲ ਨਹੀਂ ਪਾਉਣ ਦਊਂਗਾ ਇੱਥੇ ਹੀ ਖੜਾਂਗੇ ਇੱਥੇ ਹੀ ਪੰਪ ਬੰਦ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਆਹ ਚੋਰ ਬਿਆਰੀ ਜਿਹੜੀ ਤੁਸੀਂ ਕਰਦੇ ਆ ਇਹ ਬੰਦ ਕਰਨੀ ਆ ਇਹ ਵੀ ਸਮਝਦੇ ਆ ਵੀ ਉੱਥੇ ਤੁਰਿਆ ਫਿਰਦਾ ਉੱਦਾਂ ਤੁਰਿਆ ਫਿਰਦਾ ਉੱਦਾਂ ਨਹੀਂ ਤੁਰਿਆ ਫਿਰਦਾ ਸਾਰੀ ਦਿਹਾੜੀ ਇਸ ਕੰਮ 'ਚ ਹੀ ਰਹਿੰਦੇ ਰੋਜ਼ ਰੋੜਾਂ 'ਤੇ ਰਹਿੰਦੇ ਆ ਮੇਰਾ ਕਾਰਵਿਆਰ ਦਾ ਕੰਮ ਆ ਸ਼ੇਖੋਂ ਕਾਰਵਿਆਰ ਆ ਮੇਰਾ ਤੁਹਾਡਾ ਨਾਮ ਕੀ ਆ ਬਲਕਾਰ ਸ਼ੇਖੋਂ ਕਿਹੜੀ ਜਗ੍ਹਾ 'ਤੇ ਰਹਿਣ ਆਉਂਦੇ ਪਿੰਡ ਪੰਡੋਰੀ ਜਗੀਰ ਠੀਕ ਹਾਂਜੀ ਸਰ ਕੀ ਮਸਲਾ ਇਹ ਜਿਹੜਾ ਇਹ ਆਪਣੇ ਪੈਟਰੋਲ ਪਵਾਇਆ ਸੀ ਅਤੇ ਕੀ ਮਸਲਾ ਹੋਇਆ ਇਹ ਕੋਈ ਮਸਲਾ ਨਹੀਂ ਹੈ 10:40 'ਤੇ ਤੇਲ ਪਵਾਇਆ ਇਹਨਾਂ ਨੇ ਠੀਕ ਹੈ ਉਹ ਪਿਆ 380 ਰੁਪਏ ਦਾ 380 ਰੁਪਈਏ 11 ਪੈਸੇ ਦਾ ਪਿਆ ਦੇ ਮੇਰੇ ਕੋਲ ਰਿਕਾਰਡ ਹੈ ਸਵੇਰੇ 5:15 ਤੋਂ ਲੈ ਕੇ ਮਸ਼ੀਨ ਚੱਲਦੀ ਪਈ ਹੈ 5:00-6:00 ਅਸੀਂ 5-5 ਲੀਟਰ ਚੈੱਕ ਕਰਦੇ ਹਾਂ ਉਹਦੇ ਬਾਅਦ ਜਦੋਂ ਇਹਨਾਂ ਨੂੰ ਕਿਹਾ ਵੀ ਕੋਈ ਇਹ ਪਹਿਲੇ ਗਾਹਕ ਤਾਂ ਮੇਰੇ ਕੋਲ ਆਇਆ ਨਹੀਂ ਸੀ ਟੈਂਕ ਵੀ ਚੈੱਕ ਕਰਾਤਾ ਇਹਨਾਂ ਨੂੰ ਜਿਹੜਾ ਪੈਟਰੋਲ ਚੈੱਕ ਕਰਾਇਆ ਉਹ ਬਾਹਰ ਗਿਆ ਹੈ ਉਦੋਂ ਦਾ ਜੇ ਉਹਦੇ ਵਿੱਚ ਸਾਡੇ ਟੈਂਕ 'ਚ ਪਾਣੀ ਹੈ ਜਾਂ ਮਸ਼ੀਨ 'ਤੇ ਪਾਣੀ ਹੈ ਤਾਂ ਇਕੱਲੇ ਇਹਨਾਂ ਨੇ ਤਾਂ ਜਾਣਾ ਨਹੀਂ ਸੀ ਹੈ ਇਹਦੇ ਤੋਂ ਪਹਿਲੇ ਕਮ ਸੇ ਕਮ ਵੀ 100-150 ਗਾਹਕ ਤਾਂ ਜਾ ਚੁੱਕਾ ਜਦੋਂ ਮਰਜ਼ੀ ਇਹਨੂੰ ਚੈੱਕ ਕਰ ਸਕਦੇ ਹੋ ਟੈਂਕ ਨੂੰ ਵੀ ਜਦੋਂ ਮਰਜ਼ੀ ਮਸ਼ੀਨ ਤੋਂ ਚੈੱਕ ਕਰ ਲਓ ਤੁਸੀਂ ਕੀ ਕਾਰਨ ਕੀ ਲੱਗਦਾ ਜਿਹੜਾ ਆਹ ਪੈਟਰੋਲ ਦੇ ਵਿੱਚ ਜਿਹੜਾ ਹੈਗਾ ਪਾਣੀ ਦੇਖੋ ਜੀ ਇਹਦੇ ਦੇ ਕਾਫੀ ਕੁਛ ਕਾਰਨ ਹੋ ਸਕਦੇ ਨਾ ਜਿੰਨਾ ਸਾਫ ਇਹ ਹੈ ਪਾਣੀ ਦੇ ਜਿੰਨਾ ਸਾਫ ਨਜ਼ਰ ਆਉਂਦਾ ਪਿਆ ਅਗਰ ਟੈਂਕ 'ਚ ਪਾਣੀ ਹੋਵੇ ਇੰਨਾ ਸਾਫ ਕਦੇ ਨਹੀਂ ਹੋਏਗਾ ਅਗਲੇ ਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਨਹੀਂ ਇਹਦੇ ਬਾਰੇ 'ਚ ਪਤਾ ਕਿਉਂਕਿ ਆਪਣੇ ਸਾਹਮਣੇ ਤਾਂ ਕੱਢਿਆ ਨਹੀਂ ਇਹਨਾਂ ਨੇ ਇੱਥੋਂ ਤੋਂ ਲੈ ਕੇ ਗਏ ਨਾ ਪਵਾ ਕੇ 5.5 ਲੀਟਰ ਦੀ ਟੈਂਕੀ ਹੈ
मेरी मशीन तो भी आया 3 लीटर तो 95 पॉइंट करीब 395 चार मान के चलो 4 to 5 ml घट ही है ना। 1.5 लीटर तेल तो टैंकी अगे आया से 1.5-2 लीटर है ना तेल वो मैं तो नहीं पता कि टैंकी च की है कि नहीं। हूँ तुम गड्डी लैके आते हो या कुछ भी करते हो सानू पता कोई मैं इस वेले भी मैं इतने बैठना आई टैंक नाल कोई छेड़खानी नहीं की कैमरे चलते पे सारा कुछ है उस टाइम का तेल कढ़िया है वो चैक कर लो हूँ तेल कढ़ के चैक कर लो पानी हो कल एक गाहक नहीं ना आता टैंक चैक कर लो। पर इन्हों का आरोप आ कि तुहाडे कोलों पेट्रोल पवाया तो इन्हों का जिहड़ा हैगा गड्डी जिहड़ी स्कूटरी हैगी आ सील हो गई। भाई साहब मेरी गल सुनो मेरे को मेरे को सिर्फ इन्ना है कि मैं 3 लीटर 95 पॉइंट जिहड़ा है तेल पाया है गड्डी खाली तो मेरे को नहीं आई जब दसो मेरे को गड्डी खाली आई रोड के आई सिर्फ मेरे पंप का ही तेल है। की नाम है जी तुहाडे पेट्रोल पंप का? राम जी आयल पॉइंट। केड़ी जगह है? लित्रा ठीक है भी उदो।